ਵਿੱਚ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ 'ਚ ਡਾਕਾ ਡਾਲਿਆ ਗਿਆ ਹੈ। ਦੱਸਦੀ ਕਿ ਪੰਜਾਬ ਦੇ ਵਿੱਚੋਂ 15 ਲੱਖ ਰੁਪਏ ਜਿਹੜੇ ਨੇ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ। 3 ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੰਚ ਬ੍ਰੇਕ ਦੇ ਦੌਰਾਨ ਬੈਂਕ 'ਚ ਦਾਖਲ ਹੋਏ 3 ਲੁਟੇਰੇ ਤੇ ਗਨ ਪੁਆਇੰਟ ਤੇ ਸਟਾਫ ਨੂੰ ਉਹਨਾਂ ਨੇ ਬੰਧਕ ਬਣਾ ਲਿਆ। ਗਨਮੈਨ ਦੀ ਬੰਦੂਕ ਖੋ ਕੇ ਉਹਨਾਂ ਨੇ ਹਵਾਈ ਫਾਇਰ ਕੀਤੇ। ਬੈਂਕ ਦੇ ਵਿੱਚੋਂ ਥੋੜੀ ਦੂਰ ਬੰਦੂਕ ਸੁੱਟ ਕੇ ਉਹ ਫਰਾਰ ਵੀ ਹੋ ਗਏ ਤੇ ਖੰਨਾ ਦੇ ਬਗਲੀ ਕਲਾ ਪਿੰਡ ਦਾ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ 3 ਲੁਟੇਰੇ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਡਾਕਾ ਡਾਲਿਆ ਗਿਆ ਹੈ। 15 ਲੱਖ ਰੁਪਏ ਦੀ ਜਿਹੜੀ ਚੋਰੀ ਹੈ ਕੀਤੀ ਗਈ ਹੈ। ਆਏ ਸੀ ਸਪਲੈਂਡਰ ਮੋਟਰਸਾਈਕਲ ਤੇ, ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ 3 ਕੋਲ ਅਸਲਾ ਸੀਗਾ। ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਨ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ। ਬੜੇ ਕਿੱਥੇ ਰਹੇ? ਗੇਟ ਦੇ ਵਿੱਚ, ਬੈਂਕ ਦੇ ਵਿੱਚ। ਕਿਹੜਾ ਬੈਂਕ? ਪੰਜਾਬ ਐਂਡ ਸਿੰਧ ਬੈਂਕ ਜੀ। 3 ਜਣੇ ਸੀਗੇ ਜੀ। ਹਾਂਜੀ, ਫਿਰ ਉਹ ਪਤਾ ਨਹੀਂ ਪੈਸੇ ਦੱਸਦੇ ਨੇ 10-15 ਲੱਖ ਲੈ ਗਏ ਸ਼ਾਇਦ, ਮੇ ਵੀ ਪਤਾ ਕਿੰਨਾ ਹੋਊਗਾ। ਕੋਈ ਗੋਲੀ ਵੀ ਚੱਲੀ? ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ। ਹਾਂਜੀ ਹਾਂਜੀ। ਕੋਈ ਜਾਨਵਾਨ ਦਾ ਕੋਈ ਨੁਕਸਾਨ ਨਹੀਂ ਹੈ, ਬਾਕੀ ਆ ਪੈਸੇ ਲੈ ਗਏ ਜ਼ਰੂਰ ਚੋਰੀ ਕਰਕੇ। ਪਿੰਡ ਆਹੀ ਪਿੰਡ ਆਪਣਾ? ਨਹੀਂ ਨਹੀਂ ਜੀ, ਆਹੀ ਪਿੰਡ ਆਪਣਾ। ਇੱਧਰੋਂ ਅੱਡੇ ਸਾਈਡ ਤੋਂ ਆਏ ਸੀਗੇ ਜੀ। ਇੱਧਰੋਂ ਹੀ ਗਏ ਨੇ ਜੀ, ਇੱਧਰੋਂ ਮੁੜੇ ਨੇ। ਇੱਥੇ ਮੋਟਰਸਾਈਕਲ ਆਇਆ ਸੀ ਉਹਨਾਂ ਨੇ। ਸੀਸੀਟੀਵੀ ਆਹ ਲੱਗਿਆ ਜੀ, ਬੈਂਕ ਦੇ ਬਾਹਰ ਇੱਕ ਸਟੂਡੀਓ ਤੇ ਲੱਗਿਆ ਹੋਇਆ। ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ, ਸਾਨੂੰ ਲੱਗਿਆ ਕੋਈ ਟਾਇਰ ਦਾ ਪਟਾਕਾ ਪੈ ਗਿਆ, ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ। ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ, ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਕਿੰਨੇ ਵਿਅਕਤੀ? ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ 3 ਵਿਅਕਤੀ ਸੀ, 3 ਨੇ ਮੂੰਹ ਬੰਨੇ ਹੋਏ ਸੀ, 3 ਕੋਲ ਰਫਲਾਂ ਪਿਸਟਲ ਸੀਗੇ। ਅੰਦਰ ਝੜਪ ਹੋਈ ਆ, ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਹੀ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ, ਰਫਲ ਨਾਲ ਲਿਜਾਣ ਗਏ ਸੀਗੇ, ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤੇ ਨੇ। ਰਾਊਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ, ਫੌਜੀ ਸਾਹਿਬ ਨੂੰ ਪਤਾ ਹੋਊਗਾ। ਅੰਦਰ ਵੀ ਗੋਲੀ ਚੱਲੀ, ਉਹਨਾਂ ਨੇ ਅੰਦਰ ਗੋਲੀ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ। ਕਿਵੇਂ ਦੇਖਦੇ ਪਿਓ ਕਿ ਜਿਹੜਾ ਅੱਜ ਕੱਲ ਲੁੱਟਾਂ ਖੋਹਾਂ ਦਿਨੋ ਦਿਨ ਵੱਧ ਰਹੀਆਂ, ਕਿੱਥੇ ਜਾ ਇਹਨੂੰ ਹੁਣ ਇਹਦੇ ਬਾਰੇ ਦੇਖੋ, ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ। 2:30 ਵਜੇ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮੰਡੋਰ ਹੁੰਦੇ ਤੋਂ, ਉਸ ਤੋਂ ਬਾਅਦ ਇਮੀਡੀਏਟਲੀ ਮੌਕੇ ਤੇ ਆ ਗਏ ਆ। ਮੌਕੇ ਜਿਹੜੀ ਆ, 3 ਬੰਦੇ ਸੀ ਜਿਹੜੇ ਮੂੰਹ ਬੰਨੇ ਹੋਏ ਸੀ, ਰੋਟੀ ਗਾਰਡ ਨਾਲ ਉਸ ਤੋਂ ਭਾਈ ਹੋ ਗਿਆ ਜਿਹੜੇ ਆ ਉਹਦਾ ਅਪਰੋਕਸੀਮੇਟ 15 ਲੱਖ ਸਮਥਿੰਗ ਲੁੱਟ ਕੇ ਲੈ ਗਏ। ਕਿੰਨੇ ਬੰਦੇ ਰੋਟੇ ਸੀ? ਤਿੰਨੇ ਬੰਦੇ ਸਿਰੋਂ ਰੋਟੇ ਸੀ, ਜਿਹਨਾਂ ਦੇ ਮਗਰ ਸਾਡੀ ਜਿਹੜੀਆਂ 5-6 ਪੁਲਿਸ ਪਾਰਟੀਆਂ ਮਾਨਯੋਗ SSP ਸਾਹਿਬ ਦੀ ਸੁਪਰਮੀਨ ਦੇ ਥੱਲੇ ਲੱਗੀ ਗਈਆਂ। ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸ ਕਰ ਚੁੱਕੇ ਆ ਤੇ ਪੀਸ ਜਿਹੜੀ ਗੋਇੰਗ ਔਨ ਹੈ ਮੁੰਡਿਆਂ ਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏ। ਇਹਨਾਂ ਨੇ ਦੱਸਿਆ ਉਹਨੇ ਜੀ ਫੈਂਟੀ ਸਿਟੀ ਦਾ ਬਾਅਦ 'ਚ ਪਤਾ ਲੱਗੂਗੀ, ਉਹਨਾਂ ਨੇ ਫਾਇਰ ਕੀਤਾ। ਅਪਰੋਕਸੀਮੇਟ 15 ਲੱਖ ਸਮਥਿੰਗ ਅਜੇ ਕਾਉਂਟਿੰਗ ਕਰ ਰਿਹਾ।